ਮਹੱਲਾ ਬੇ ਸੁਭਾਨੀ ਬਾਬਾ ਜੀ ਜਦੋਂ ਕਮਲੀ ਵਾਲੀ ਸਰਕਾਰ ਦਾ ਜ਼ਿਕਰ ਕਰੀਦਾ ਤੇ ਅੱਲਾ ਖੁਸ਼ ਹੁੰਦਾ ਹੈ ਬੇਸ਼ੱਕ ਕਿਉਂਕਿ ਉਹਨੇ ਫਰਮਾਇਆ ਕਿ ਸੋਹਣੇ ਪਾਕ ਮੁਹੰਮਦ ਤੇ ਮੈਂ ਦਰੂਦ ਪੜਨਾ ਤੇ ਤੁਸੀਂ ਵੀ ਪੜੋ ਨਬੀ ਦਾ ਜ਼ਿਕਰ ਕਰੀਏ ਤੇ ਅੱਲਾ ਖੁਸ਼ ਹੁੰਦਾ ਹੈ ਤੇ ਅਲੀ ਦਾ ਜ਼ਿਕਰ ਕਰੀਏ ਤੇ ਨਬੀ ਪਾਕ ਵੀ ਖੁਸ਼ ਹੁੰਦੇ ਹਨ ਤੇ ਮੌਲਾ ਅਲੀ ਕੀ ਵੀ ਖੁਸ਼ ਹੋਣਗੇ ਜਦੋਂ ਮੇਰਾ ਗੋਸ ਪਾਕ ਸਰਕਾਰ ਦਾ ਜ਼ਿਕਰ ਸ਼ੁਰੂ ਹੋ ਗਿਆ ਸੁਭਾਨ ਅੱਲਾ ਬਾਬਾ ਜੀ ਤੇ ਦੀਵਾਨਾ ਆਂਦਾ ਹੈ ਪੀਰ ਪੀਰਾਂ ਸ਼ੇਖ ਅਬਦੁਲ ਕਾਦਰ ਅਸਤ ਦਿਲ ਰੁਬਾ ਦਿਲ ਨਸ਼ੀਨੋ ਦਿਲ ਪਰਸ ਮਾ ਅੱਲਾਹ ਬਿ ਸੁਭਾਨੀ ਮੁਕੱਦਸ ਕੁਤਬੇ ਰਬਾਨੀ ਐਡੀ ਸੀਰਤ ਹਜ਼ਰਤ ਜ਼ਾਦੀ ਮੁਹੱਈਓ ਦੀਨ ਜੀ ਲਾਤੀ चीरदा होया जाके ਗੌਸ ਪਾਕ सरकार की पछाणी लग सरकार का खून बहना शुरू हो गया बच्चे ने वेख्या कि अज एक काम जिहड़ा हो गया सी ये होना नहीं सी चाहिए उन्हें पिंड नूं तोड़ ला सरकारा दूजे बच्चे टेबल लाया कि जावे जरा इन्हूं फड़ के लिया बच्चा फड़ के लैन दा आखिया भी पलिया सानूं वट्टा क्यों मारे ते हाथ बन के आंदा सरकार मैं वट्टा तुहानूं नहीं मारिया मैं तां बेरी नूं आखिया बेरी नूं क्यों मारे आखिया सरकार नूं वट्टा मारना ते मैनूं देंदी है बेर ਗੌਸ ਪਾਕ ਸਰਕਾਰ ਆਂਦੇ ਅੱਜ ਤੋਂ ਪੀਰਾਂ ਦੇ ਪੀਰ ਨੂੰ ਰੋੜਾ ਮਾਰ ਲਿਆ ਮੰਗ ਲੈ ਜੋ ਮੰਗ ਸੀਨੇ ਨਾਲ ਲਾ ਕੇ ਨੂਰ ਨੂਰ ਕਰਦਾ ਬੱਚਾ ਪਤਾ ਕੀ ਜਾਂਦਾ ਯਾ ਗੌਸ ਪਾਕ ਅੱਜ ਕਰਮ ਕਰੋ ਯਾ ਗੌਸ ਪਾਕ ਅੱਜ ਕਰਮ ਕਰੋ ਅੱਜ ਕਰਮ ਕਮਾਲ ਦਾ ਵੇਲਾ ਏ ਯਾ ਗੌਸ ਪਾਕ ਅੱਜ ਕਰਮ ਕਰੋ ਕਰਮ ਕਮਾਲ ਦਾ ਵੇਲਾ ਏ ਯਾ ਗੌਸ ਪਾਕ ਅੱਜ ਸ਼ਾਹ ਭਾਈ ਮੈਂ
محشر کا واسطہ پروردگار شاہ ہے محشر کا واسطہ عثمان جان شیر پیغمبر کا واسطہ عثمان جان شیر پیغمبر کا واسطہ مشکل کشا فاتح ہے خیبر کا واسطہ مشکل کشا فاتح ہے خیبر کا واسطہ اکبر کی جان نواز اذانوں کا واسطہ اکبر کی جان نواز اذانوں کا واسطہ تو دیوانہ بھائی نہ کرو جدا خدا را مجھے اپنے آستاں سے نہیں پھر کوئی ٹھکانا جو اٹھا دیا یہاں سے پھر عارف شادی شادی ghaus pak aj karo
ਬਾਰਿਸ਼ ਹੋ ਜਾਵੇ ਰਹਿਮਤ ਦੀ ਬਾਰਿਸ਼ ਹੋ ਜਾਵੇ ਪਰ ਕੌਣ ਦਾ ਵੇਲਾ ਹੈ ਰਹਿਮਤ ਦੀ ਬਾਰਿਸ਼
ਹੋ ਜਾਵੇ ਰਹਿਮਤ ਬਦਸੋ ਤਖਲਾਏ ਯਾ ਗੋਸ ਪਾਕ ਅੱਜ ਤਜਰਬ ਕਰੋ